क्या बात है जी, क्या बात है। पर ने कहते गड्डी नप्पी पई नप्पी, ए नी की एजेंसी हुणी कढ़ाई है कि मैं होली चला लवा। लो जी मित्रों, व्हील फाइनल करता 18 इंच। जी सत श्री अकाल जी सारयां नूं, किद्दां जी सारे। ते अज बहुत भागां वाला दिन चढ़िया, थोड़ी सारयां दी सपोर्ट करके आपां इक गड्डी होर लैण चले आ अज। ते नवीं गड्डी लिआउण लगे आ जी, ते बाकी सैवी भरा साडे नाल आ। गड्डी थोनू सरप्राइज देवांगे, ते जे अज गड्डी मिल गई ते फिर आपां नाल ही टायर टूर पवा दांगे। सैवी क्यों अज्जे पवा देणे, ओके करा लेणी ना। रीलां दे विच थोनू ओही दिखूगी, बस इदां दी आपां गड्डी बणा लेणी आ। ਕਹਿੰਦੇ ਡੈਮ ਹੁਣੀ ਜਗਰਾਉਂ ਤੋਂ ਆ ਗਏ ਸਪੈਸ਼ਲ ਗੱਡੀ ਦਵਾਣ, ਤੇ ਬੰਦੇ ਨਾਲ ਚਾਹੀਦੇ ਹੁੰਦੇ ਤਕੜੇ ਤਕੜੇ ਜਦੋਂ ਗੱਡੀ ਲੈਣੀ ਹੋਵੇ। ਤੇ ਹੁਣ ਆਪਾਂ ਚੱਲੇ ਹਾਂ ਜੀ 5 ਫੇਸ ਵਾਲੇ ਸ਼ੋਰੂਮ 'ਚ, ਤੇ ਬਾਕੀ ਗੱਡੀ ਤੁਹਾਨੂੰ ਉੱਥੇ ਜਾ ਕੇ ਦਿਖਾਉਂਦੇ ਹਾਂ ਕਿਹੜੀ ਆ। ਤੇ ਬਾਕੀ ਪਾਰਟੀ ਪੂਰਟੀ ਜੇ ਮੇਰੇ ਕਿਸੇ ਭਰਾ ਨੇ ਲੈਣੀ ਹੋਈ ਤਾਂ ਮੈਨੂੰ ਪੈਸੇ ਥੋੜ੍ਹੇ ਜਿਹੇ ਐਡਵਾਂਸ ਪਾ ਦਿਓ, ਪਾਰਟੀ ਨਾਲ ਦੇ ਦਾਂਗੇ। ਗੂਗਲ ਪੇ ਨੰਬਰ ਕੀ ਆ ਆਪਣਾ? ਤੇ ਜੀ ਉੱਥੇ ਚੱਲਦੇ ਆ, ਤੇ ਆਪਾਂ ਗੱਡੀ ਅੱਜ ਬਾਬੇ ਦੀ ਕਿਰਪਾ ਨਾਲ ਮਿਲ ਜਾਵੇ ਨਵੀਂ, ਤੇ ਫਿਰ ਆਪਾਂ ਲਿਆਉਣੀ ਆਉਂਦੇ ਨਾਲ ਹੀ ਵੀਲ ਪਵਾ ਦੇਣੇ ਆ, ਤੇ ਤੁਹਾਨੂੰ ਸਾਰਾ ਅੱਜ ਵਲੋਗ ਦਿਖਾਉਣਾ। ਤੇ ਵਲੋਗ ਬਹੁਤ ਵਧੀਆ ਹੋਣ ਵਾਲਾ, ਤੇ ਸਾਰੇ ਜੁੜੇ ਰਹੋ, ਤੇ ਧੰਨ ਧੰਨ ਕਰਾ ਦੇਵਾਂਗੇ। ਕਿਉਂ ਭਾਜੀ ਪੇਮੈਂਟਾਂ ਗਿਣ ਹੋ ਰਹੀਆਂ ਜੀ, ਪੇਮੈਂਟਾਂ ਮੈਂ ਜੋ ਜਿਹੜੀਆਂ ਮਿਹਨਤਾਂ ਲਾ ਕੇ ਜੋੜੀਆਂ, ਤੇ ਪਿੰਡ ਬਹੁਤਿਆਂ ਨੂੰ ਛੱਕ ਆ ਬਲੈਕ ਕਰਦੇ, ਗੱਡੀ ਕਾਲੀ ਦੇ ਵਿੱਚ ਬਲੈਕ ਕਰਦੇ ਕਹਿੰਦੇ, ਪਿੰਡ ਬਹੁਤਿਆਂ ਨੂੰ ਛੱਕ ਆ। ਸੜੋ ਪਿੰਡ ਵਾਲਿਓ ਸੜੋ। ਚਲੋ ਜੀ, ਲਓ ਜੀ ਆਪਣੀ ਟੀਮ ਪਹੁੰਚ ਚੁੱਕੀ ਆ ਜੀ ਏਜੰਸੀ, ਅਤੇ ਮਿਲ ਜਾਵੇ ਗੱਡੀ ਤਾਂ ਬਹੁਤ ਵਧੀਆ, ਬਾਕੀ ਦੇਖਦੇ ਹਾਂ। ਅਤੇ ਪੂਰੀ ਕੋਸ਼ਿਸ਼ ਆ ਅੱਜ ਗੱਡੀ ਲੈ ਕੇ ਜਾਣੀ ਆ ਆਪਾਂ, ਅਤੇ ਬਾਕੀ ਅੱਗੇ ਜਾ ਕੇ ਦੇਖਦੇ ਹਾਂ ਹੁਣ ਕੀ। ਹੁਣ ਤਾਂ ਏਜੰਸੀ ਤੁਸੀਂ ਦੇਖ ਲਈ ਹੈ, ਅਤੇ ਗੱਡੀ ਵੀ ਦੇਖ ਲਿਓ, ਅਤੇ ਵੀਲ ਵੀ ਦੇਖ ਲਿਓ ਅੱਜ। ਰੈਸਟੋਰੈਂਟ ਜ਼ਿਆਦਾ ਉਹ ਆਹੋ, ਏਜੰਸੀ ਘੱਟ ਲੱਗਦੀ, ਹੋਟਲ ਲੱਗੀ ਜਾਂਦਾ ਸਾਲਾ। ਡੈਮ ਮੁੰਡੇ ਆਪਣੇ ਨੂੰ ਗੱਡੀ ਕਮਾਉਣ ਆਇਆ ਮੈਂ, ਇਹ ਬਹੁਤ ਜਿੱਦ ਕਰਦਾ ਸੀਗਾ ਕਿ ਗੱਡੀ ਲੈਣੀ ਗੱਡੀ ਲੈਣੀ, ਪਾਪਾ ਗੱਡੀ ਮੰਗੀ। ਤਿੰਨ ਚਾਰ ਮੁੰਡੇ ਮੇਰਾ ਬੋਰ ਹੁੰਦੇ ਸੀ, ਪਾਪਾ ਗੱਡੀ ਲੈ ਕੇ ਦਿਓ, ਪਾਪਾ ਗੱਡੀ ਲੈ ਕੇ ਦਿਓ, ਅਤੇ ਅੱਜ ਪਾਪਾ ਗੱਡੀ ਲੈ ਰਹੇ ਆ। ਅਤੇ ਦੇਖੋ ਬਾਕੀ ਅੱਜ ਇਹ ਸਾਰਾ ਏਜੰਸੀ ਲੱਗੀ ਜਾਂਦੀ, ਏਜੰਸੀ ਘੱਟ ਲਾਤੀ ਆ, ਤੇ ਐ ਲਾਤਾ ਜਿੱਦਾਂ ਵੇਟਿੰਗ ਰੂਮ ਚ ਬੈਠੇ ਆਪਾਂ, ਅਗਲਾ ਨੰਬਰ ਸਾਡਾ ਹੀ ਆ ਹੋਟਲ ਚ। ਡੈਮ ਕਹਿੰਦਾ ਐਂ ਲੱਗਦਾ ਜਿੱਦਾਂ ਐਂ ਆਏ ਆ ਗੱਡੀ ਲੈਣ ਦੀ, ਆਏ ਸਾਲੇ ਕੰਮ ਉਹ ਮੈਂ ਕਰਦਾ। ਸਾਨੂੰ ਆ ਗਿਆ ਆਪ ਵੀ ਚੱਲ ਗਿਆ ਭਾਜੀ, ਉਹ ਯਾਰ ਖੋਲ੍ਹ ਕੇ ਦੇ ਬੋਤਲ ਖੁੱਲਦੀ ਨਹੀਂ, ਅਤੇ ਬਾਈ ਜੁੜੇ ਰਹੋ ਲੋਕ ਦੇ ਨਾਲ, ਅਤੇ ਗੱਡੀ ਤੁਹਾਨੂੰ ਦਿਖਾਉਂਦੇ ਹਾਂ। ਪਹਿਲਾਂ ਆਪਾਂ ਮਾੜਾ ਜਿਹਾ ਬਹਿਸ ਲਈਏ ਇੱਥੇ, ਰੇਟ ਦਾ ਡੀਲ ਕਰਨੀ, ਡੀਲਿੰਗ ਡੀਲਿੰਗ ਵਾਸਤੇ ਚੈੱਕ ਕਰੋ ਕਿਹਨੂੰ ਲੈ ਕੇ ਆਇਆ ਮੈਂ, ਜਿਹਨੂੰ ਦੇ ਕੇ ਤਾਂ ਉੱਦਾਂ ਹੀ ਲੈਸ ਆ। ਡੈਮ ਕਹਿੰਦਾ ਮੈਂ ਇੰਜਨ ਚੈੱਕ ਕਰਨਾ ਜਾਂਦਾ ਹੀ ਪਹਿਲਾਂ, ਨਵੀਂ ਗੱਡੀ ਦਾ ਇੰਜਨ ਚੈੱਕ ਕਰਨਾ। ਹਾਂਜੀ, ਅਤੇ ਹੁਣ ਲੱਗੀ ਤਿਆਰੀ, ਜਿੱਦਾਂ ਸਾਲੇ ਇੰਟਰਵਿਊ ਤੇ ਜੋਬ ਦੀ ਉਹ ਦੇਣ ਆਏ ਹੁੰਦੇ ਨਾ ਕਿ ਜੋਬ ਲੱਗਣਾ ਭਾਜੀ ਲਵਾ ਲਓ ਮੈਨੂੰ ਜੋਬ। ਇੱਧਰ ਤਿਆਰ ਹੋ ਰਿਹਾ ਬਿੱਲ, ਉਹ ਵੀ ਮਿੱਤਰੋ, ਅਤੇ ਬੰਦੇ ਰੇਟ ਬਣਾਈ ਜਾਂਦੇ ਆ, ਅਤੇ ਸਾਨੂੰ ਰੇਟ ਜਿਹਾ ਹਾਲੇ ਜਚਿਆ ਨਹੀਂ ਹੈਗਾ, ਅਤੇ ਫਿਰ ਉਹ ਆਪਸ 'ਚ ਮੀਟਿੰਗ ਕਰਨਗੇ ਟੀਮ ਸਾਰੀ, ਅਤੇ ਜਿੱਦਾਂ ਵੀ ਹੋਇਆ ਅਤੇ ਸਾਨੂੰ ਆ ਕੇ ਦੱਸਣਗੇ। ਜੇ ਸਾਨੂੰ ਪੁੱਗਦੀ ਹੋਈ ਤੋ ਮਾਡਲ ਦੀ, ਫਿਰ ਆਪਾਂ ਟੋ ਮਾਡਲ ਲਵਾਂਗੇ, ਨਹੀਂ ਤਾਂ ਫਿਰ ਆਪਾਂ ਕੋਈ ਹੋਰ ਦੇਖਾਂਗੇ। ਲੈਣਾ ਤਾਂ ਉੱਦਾਂ ਆਪਾਂ ਟੋਪ ਮਾਡਲ ਹੀ ਆ, ਕਿਉਂ ਵੀ ਡੈਮ ਜੀ ਇਟਸ ਯੂ, ਟੋਪ ਮਾਡਲ ਲੈਣਾ ਆਇਆ ਤਾਂ ਟੋਪ ਮਾਡਲ ਹੀ ਲੈ ਕੇ ਜਾਵਾਂਗੇ, ਕੋਈ ਨਹੀਂ। ਬਾਕੀ ਮੈਂ ਜੋ ਟਾਇਰ ਟੂਰ ਤੋਂ ਬਚਿਆ ਜੋ ਆ ਗਏ ਬਾਈ, ਰੁਕ ਜਾਓ। ਉਹ ਜੀ ਭਾਜੀ ਉਹਨਾਂ ਨੇ ਆਪਾਂ ਨੂੰ ਡੀਲ ਦੇ ਦਿੱਤੀ ਵਧੀਆ, ਠੀਕ ਆ। ਅਤੇ ਬਾਕੀ ਹੁਣ ਜੋ ਬਣਿਆ ਆ ਬੈਲੈਂਸ ਭਾਜੀ ਹੁਣੀ ਉਹ 'ਚੋਂ ਵੀ ਘਟਾਉਣਗੇ ਆਪਾਂ ਨੂੰ, ਠੀਕ ਹੈ ਭਾਜੀ ਹੁਣ ਇੰਨਾ ਕੁ ਕਰ ਦਿਓ।
ਉਹੀ ਨਾ ਹੋਵੇ ਹੁਣ ਭਾਜੀ ਜੁੱਤੀ ਲਾਵੇ ਭੈਣ ਚੋਂ ਪਹਿਲਾਂ ਤਾਂ ਕਿਉਂਕਿ ਮੈਂ ਨਹੀਂ ਵੇਚਦਾ ਚਲੋ ਇੰਜਨ ਚੈਸੀ ਨੰਬਰ ਦੇ ਦਿਓ ਉਹਦਾ ਸਵਿਫਟ ਵਿਕਸ ਦੇ ਬਾਈ ਕੀ ਦੀ ਸਵਿਫਟ ਵਿਕਸ ਦੇ ਬਾਈ स्कैनर अगले ने लाया जे थोड़े को कैश है नहीं स्कैन कर सकते हो ते आ कढ़ लिया बई ने बैग ते करो हुण पेमेंट कढ़ के चो ਭਾਜੀ ਭਰਾ ਭਰੂ ਕੋਈ ਨੀ ਏਦਾਂ ਦਾ ਭੱਜ ਹੁੰਦਾ ਹੁੰਦਾ ਸ਼ੀਸ਼ਿਆਂ ਦੇ ਆ ਤੇ ਆ 0001 ਨੰਬਰ ਲੈਣਾ ਆਪਾਂ ਸਵਿਫਟ ਭਾਈ ਸਵਿਫਟ ਦਾ ਪਾਰਟ ਆ ਜਿਹੜਾ ਖੜਾ ਆ ਕੀ ਆ ਬਾਬੇ ਹਾਂਜੀ ਹਾਂਜੀ ਅੱਜ ਲੈ ਜਾਣੀ ਆ ਸਵਿਫਟ VXI ਕਿੰਨੇ ਦੀਆਂ ਲੱਗਦੀਆਂ ਗੱਡੀ ਚ ਅੱਛਾ 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 ਇਹ ਕਿੰਨੇ ਕਦੀ ਲਾ ਦੇ ਇਹ ਬਾਈ ਆ ਦੀ ਇੱਕ ਕਿ ਦੋਨੋਂ ਅੱਛਾ ਦੋ ਕਿਸ਼ਤਾਂ ਆ ਜਾ ਆ ਸਿਸਟਮ ਆ ਕਿੰਨੇ ਕ ਪੇਪਰ ਸਾਈਨ ਹੋਣੇ ਭਾਜੀ ਇਹਦੇ ਡੇਟ ਡੂਟ ਆਪੇ ਪਾਉਂਗੇ 15 20 ਸਾਈਨ ਕਿੱਥੇ ਕਰਦੇ ਇੱਧਰ ਇਹਨੂੰ ਦੱਸੀ ਚੱਲੋ ਸਾਈਨ ਭਾਜੀ ਪ੍ਰੋਸੈਸ ਬਹੁਤ ਖਰਾਬ ਜਿਹਾ ਲੱਗਦਾ ਮੈਨੂੰ ਵੀ ਬੜਾ ਮੈਂ ਸਾਈਨ ਕਰਾਉਂਦੇ ਆ ਭਾਜੀ ਜੇ ਇਹਨੇ ਇਹਦੇ 'ਚ ਪੜ੍ਹ ਲਿਆ ਕੀ ਕੀ ਲਿਖਿਆ ਇਹਦਾ ਨਹੀਂ ਸਾਈਨ ਕਰਦਾ ਸਹੀ ਗੱਲ ਆ ਕਿ ਨਹੀਂ ਜਦੋਂ ਮੈਂ ਵੀ ਮੈਨੂੰ ਵੀ ਏਦੀ ਬੈਂਕ ਵਾਲਿਆਂ ਕਹਿੰਦਾ ਕਹਿੰਦਾ ਜੇ ਤੂੰ ਇਹ 'ਚ ਪੜ੍ਹ ਲਿਆ ਨਾ ਕੀ ਕੀ ਲਿਖਿਆ ਤੂੰ ਸਾਈਨ ਨਾ ਕਰੇ ਹਾਂਜੀ ਹੋਰ ਗੱਡੀ ਲੈ ਲਈ ਹੈ ਤੇ ਜੀ ਨੰਬਰ ਪਲੇਟਾਂ ਲੱਗਣ ਲੱਗੀਆਂ ਨੰਬਰ ਤੁਹਾਨੂੰ ਯਾਦ ਕਰਾ ਦਈਏ 2091 4891 ਲੈ ਵੀ ਮਿੱਤਰ ਚਲਾ ਕੇ ਦੇਖ ਮੇਰੇ ਪਿਆਰ ਲਓ ਜੀ ਗੱਡੀ ਚੈੱਕ ਕਰਾ ਦੇ ਤੁਹਾਨੂੰ ਜੈ ਬਾਬੇ ਦੀ ਬਾਬੇ ਦਾ ਨਾਂ ਲਓ ਤੇ ਗੱਡੀ 'ਚ ਬੈਠੋ ਕਿਆ ਬਾਤ ਹੈ ਸੜੋ ਪਿੰਡ ਵਾਲਿਓ ਸੜੋ ਇੱਕ ਗੱਡੀ ਹੋਰ ਇਹ ਤੋਂ ਬਾਅਦ ਇੱਕ ਗੱਡੀ ਹੋਰ ਆ ਉਹ ਫਿਰ ਥੋੜ੍ਹਾ ਸਰਪ੍ਰਾਈਜ਼ ਵੱਡਾ ਉਹ ਵੱਡਾ ਸਰਪ੍ਰਾਈਜ਼ ਆ ਆਹ ਵੀ ਸਿਸਟਮ ਇਹਦੇ 'ਚ ਆਈਆ ਕਰੋ ਇਹਤੇ ਵੀ ਇੱਕ ਆਪਾਂ ਮੈਂ ਅੱਜ ਵਧੀਆ ਬਲੌਗ ਬਣਾਵਾਂਗੇ ਅੱਜ ਟਾਇਰ ਪਵਾਈਏ ਨਾਲੇ ਤੁਹਾਨੂੰ ਟਾਇਰ ਪਵਾ ਕੇ ਦਿਖਾ ਦਈਏ ਚਿਕੜ 18 ਇੰਚੀ ਪਵਾ ਦੇਣਾ ਅੱਜ 'ਚ ਵਧੀਆ ਗੱਡੀ ਆ ਯਾਰ ਖੁੱਲੀ ਡੁੱਲੀ ਆ ਓਕੇ ਰਿਪੋਰਟ ਆ 20 ਇੰਚ ਕੀ ਕਰਨਾ ਪਵਾ ਕੇ ਫਿਰ ਤਾਂ ਯਾਰ ਹੋਣੀ ਮੋਢਿਆਂ 'ਤੇ ਜਾਣਗੇ ਓਕੇ ਆ ਲਿਆ ਵੇ ਚਾਬੀ ਚੁਬੀ ਫੋਟੋ ਫੋਟੋ ਖਿਚਾਈਏ ਜੀ
ਜਨਮ ਦਿਨ ਅੱਜ ਲਾਗੇ ਫੁੱਲ ਜੀ ਲਹਿਰ ਫੁੱਲ ਬਟਾ ਫੁੱਲ ਹੁਣ ਰੋਡ ਤੇ ਜਾਊਗੀ ਮਿੰਨੀ ਕੁੱਪਰ ਨਹੀਂ ਨਹੀਂ ਇਹ ਨਹੀਂ ਉੱਡਦਾ ਜਾਨ ਇਹ ਨਹੀਂ ਉੱਡਦਾ ਚੱਕ ਕਰੋ ਪੀ 91 ਨੰਬਰ ਫਿਰ ਵਧੀਆ ਮਿਲ ਗਿਆ ਆਪਾਂ ਨੂੰ 9-11 ਮਿਲਦਾ 9-11 ਮਿਲਦਾ ਗਏ ਨੇ ਬੁੱਕ ਕਰਾ ਕੋਈ ਚੱਕਰ ਨਹੀਂ ਪੈਟਰੋਲ ਪੰਪ ਤੱਕ ਜਾਣ ਨੂੰ ਤੇਲ ਪਾ ਤਾ ਬਾਈ ਉਹਨਾਂ ਨੇ ਬਾਕੀ ਕਹਿੰਦੇ ਆਪ ਹੀ ਪਵਾ ਲਿਆ ਇਹਦੇ ਨਾਲ ਹੀ ਅਸੀਂ 4-5 ਦਿਨ ਕੱਢ ਦੇਣੇ ਸੀ ਤੁਹਾਨੂੰ ਹਲੇ ਪਤਾ ਨਹੀਂ ਇਹ ਜੇ ਪਤਾ ਨਹੀਂ ਮੁੜ ਕੇ ਪੈਣਾ ਕਿ ਨਹੀਂ ਫਿਰ ਆਪਾਂ ਲੈ ਲਈਆ ਇੰਨਾ ਕੀ ਪਾਉਂਦੇ ਆ ਕਿੰਨਾ ਲੀਟਰ ਤੇਲ ਪਾਇਆ 2.5 ਲੀਟਰ ਆ ਬਾਤ ਹੈ ਜੀ ਕਿਆ ਬਾਤ ਹੈ ਮੁਬਾਰਕਾਂ ਸਹਿਬੀ ਭਰਾ ਨੂੰ ਬਹੁਤ ਬਹੁਤ ਗੱਡੀ ਦੀਆਂ ਪਰ ਨੇ ਕਹਿੰਦੇ ਗੱਡੀ ਨੱਪੀ ਪਈ ਨੱਪੀ ਇਹ ਨਹੀਂ ਕਿ ਏਜੰਸੀਆਂ ਹੁਣੀ ਕਢਾਈ ਆ ਕਿ ਮੈਂ ਹੌਲੀ ਚਲਾ ਲਵਾਂ ਨਹੀਂ ਭੈਣ ਚੋ ਨੱਪਦੇ ਹੋ ਕੋਈ ਨਹੀਂ ਅੱਜ ਇਹ ਦੇਖ ਲੈਣੀ ਕਿੰਨੇ ਤੇ ਜਾਂਦੀ 200 ਤੇ ਜਾਂਦੀ 150 ਤੇ ਜਾਂਦੀ ਤੇ ਹੁਣ ਆਪਾਂ ਚੱਲੇ ਜੀ ਗੱਡੀ ਦੇ ਟਾਇਰ ਪਵਾਉਣ ਜੇ ਤਾਂ ਕਿਰਪਾ ਰਹੀ ਬਾਬੇ ਦੀ ਟਾਇਰ ਮਿਲ ਗਿਆ ਵਧੀਆ 18 ਇੰਚੀ ਅੱਜ ਹੀ ਪਵਾ ਦੇਣਾ ਆਪਾਂ ਅਤੇ ਦੇਖੋ ਬਾਕੀ ਨਹੀਂ ਤਾਂ ਫਿਰ ਕੱਲ੍ਹ ਨੂੰ ਆਵਾਂਗੇ ਜੇ ਅੱਜ ਮਿਲ ਗਿਆ ਤਾਂ ਸਹੀ ਹੈ ਨਹੀਂ ਤਾਂ ਰਾਤ ਨੂੰ ਮੰਗਵਾ ਲਾਂਗੇ ਸਵੇਰੇ ਪਵਾ ਲਾਂਗੇ ਫਿਰ ਉਹਦਾ ਵਲੋਗ ਆਪਾਂ ਨਵਾਂ ਬਣਾ ਲਾਂਗੇ ਠੀਕ ਆ ਅਤੇ ਜੇ ਨਹੀਂ ਅੱਜ ਹੀ ਪੈ ਗਿਆ ਤਾਂ ਅੱਜ ਹੀ ਜਾ ਕੇ ਆਪਾਂ ਵਲੋਗ ਬਣਾ ਦੇਣਾ ਹੈ ਅਤੇ ਅੱਜ ਹੀ ਕਲੀਅਰ ਕਰ ਦੇਣਾ ਵਲੋਗ ਚਲੋ ਅੱਗੇ ਦੁਕਾਨ 'ਤੇ ਜਾ ਕੇ ਮਿਲਦੇ ਹਾਂ ਉੱਥੇ ਵੀਲਾਂ ਵਾਲੀ ਪੈਰਿਸ ਭਾਜੀ ਕੋ ਚੰਗਾ ਲਓ ਵੀ ਮਿੱਤਰੋ ਹੁਣ 17-18 ਇੰਚ ਪਾ ਕੇ ਦੇਖਣਾ 17 ਇੰਚੀ ਅਤੇ 18 ਇੰਚੀ ਦੋਨੋਂ ਪਾ ਕੇ ਦੇਖਾਂਗੇ ਜਿਹੜਾ ਵਧੀਆ ਲੱਗਿਆ ਉਹ ਪਵਾਵਾਂਗੇ ਬਾਕੀ ਵੀਲ ਤਾਂ ਹਲੇ ਆਪਾਂ ਪਸੰਦ ਕਰਨਾ ਆ ਇਹ ਅੱਛਾ ਉੱਦਾਂ ਪਾ ਕੇ ਰੱਖਿਆ ਆ ਇਹ 17-18 ਆਹ ਕਿੰਨੇ ਇੰਚੀ ਆਹ ਆਹ 18 ਹੈ 18 ਅੱਗੇ ਪਾ ਦੋ ਆ ਰਹਿਣ ਦੇ ਨੇ ਦੋ ਹਾਂਜੀ 18-17 ਮੂਰਲਾ ਬੈਠੀ ਜਾ ਕੇ ਥੋੜਾ ਨੀਚੇ ਹੋ ਬਾਹਰ ਤਾਂ ਹੈ ਨਹੀਂ ਲੱਗਦਾ ਤਾਂ ਨਹੀਂ ਨਾਲ ਨਾਲ ਤਾਂ ਨਹੀਂ ਲੱਗਦਾ ਨਹੀਂ ਉੱਪਰ ਵੱਜਦਾ ਇਦਾਂ ਨਹੀਂ ਹਾਂ ਇਦਾਂ ਵੀ ਹੋਈਗੀ ਸੈਟਿੰਗ ਤਾਂ ਹਾਂ ਜਦ ਆਪਾਂ ਸਟੀਅਰਿੰਗ ਕੱਟ ਕੇ ਦੇਖਾਂਗੇ ਉਹ ਕਰਨੀ ਪੈਣੀ ਹੂੰ ਤਾਂ ਕਹਿੰਦੇ ਹਲਕਾ ਜਿਹਾ ਕੱਟਣਾ ਪਏਗਾ ਪਲੱਸ ਜਿਹੜੀ ਉੱਪਰ ਹੈ ਉੱਪਰ ਤਾਂ ਲੱਗਦੀ ਹੈ ਨਾ ਉੱਪਰ ਲੱਗਦਾ ਕੁਝ ਕਹਿੰਦੇ ਚਾਹੀਦੀ ਉਹ ਪੀਸਰ ਪਾਣੀ ਪੈਣੀ ਲਓ ਜੀ ਮਿੱਤਰੋ ਵੀਲ ਫਾਈਨਲ ਕਰਤਾ 18 ਇੰਚੀ ਆਹ ਲਾ ਅਤੇ ਇਹ ਸਾਡੇ ਗਰੁੱਪ 'ਚੋਂ ਕਿਸੇ ਨੇ ਨਹੀਂ ਪਵਾਇਆ ਸੀਗਾ ਅਤੇ ਆਪਾਂ ਪਵਾ ਤਾ ਇਹਨੂੰ ਸਵਿਫਟ ਨੂੰ ਅਤੇ ਸੋਹਣੀ ਵੀ ਇਹਦੇ ਨਾਲ ਲੱਗੀ ਜਾਂਦੀ ਆ ਪਿਛਲਾ 17 ਇੰਚੀ ਤਾਂ ਵਧੀਆ ਨਹੀਂ ਇੰਨਾ ਲੱਗਦਾ 18 ਇੰਚੀ ਜ਼ਿਆਦਾ ਵਧੀਆ ਲੱਗਦਾ ਪਿਆ ਬਾਕੀ ਜਦੋਂ ਹੁਣ ਚਾਰੇ ਪੈ ਗਏ ਅਤੇ ਫਿਰ ਦੇਖਾਂਗੇ ਅਤੇ ਇੰਨੇ ਇੰਨੇ ਟਾਇਰ ਬਾਹਰ ਨੂੰ ਆਏ ਵਧੀਆ ਲੱਗਦੀ ਆ ਸੋ ਫਾਈਨਲੀ ਬਾਏ 2 ਟਾਇਰ ਪਵਾਤੇ ਅਤੇ ਆਪਾਂ ਚੈੱਕ ਕਰਕੇ ਦੱਸਿਓ ਸਾਰੇ ਕਮੈਂਟਾਂ ਦੇ ਵਿੱਚ ਕਿ ਵੀਲ ਕਿੱਦਾਂ ਦਾ ਲੱਗਾ ਮੇਰੀ ਚੁਆਇਸ ਸੀਗੀ 18 ਇੰਚੀ ਪਵਾਇਆ ਬਾਈ 18 ਇੰਚੀ ਅਤੇ ਬਾਕੀ ਜਦੋਂ ਦੂਜੇ ਉੱਧਰਲੇ ਟਾਇਰ ਪੈ ਗਏ ਫਿਰ ਤੁਹਾਨੂੰ ਚਲਾ ਕੇ ਦਿਖਾਵਾਂਗੇ ਘੁੰਮਾ ਫਿਰਾ ਕੇ ਗੱਡੀ ਕਿੱਦਾਂ ਦੀ ਲੱਗਦੀ ਆ ਯੋ ਆਪਣੇ 18 ਇੰਚ ਪੈ ਗਏ ਲਾਏ 17 ਦੀ ਇੰਨੀ ਗਰੇਸ ਨਹੀਂ ਸੀ ਉਹਦਾ 18 ਵੀ 17 ਹੀ ਲੱਗੀ ਜਾਂਦੇ ਸੀ ਆ ਰਹੇ ਹੈ ਪੈਕ ਕਰਕੇ ਰੱਖੋ ਨਾ ਨਾ ਲੈਤੇ ਆ ਗਰਮ ਕਰਕੇ ਠੀਕ ਹੈ ਇਧਰੋਂ ਖਾਣ ਨੂੰ ਆਪਣੇ ਪਾਸੇ ਰੱਖੋ ਹਾਂ ਹਾਂ ਬਣਾ ਦਿਓ 7 ਫੁਲਕੇ
ਲੱਗਦੇ ਪਏ ਆ ਨਹੀਂ ਆ ਬੋਤਲ ਆਈ ਸੀ ਉਦਾਂ ਨਹੀਂ ਨਹੀਂ ਕਟੋਣੇ ਪੈਣੇ ਲੱਗਦੇ ਉਦਾਂ ਵੀ ਆਲੇ ਲੱਗਿਆ ਬਿਲਕੁਲ ਨਾਲ ਲੱਗਦਾ ਪਿਆ ਜ਼ਿਆਦੇ ਬੰਦੇ ਪਛਾ ਕੇ ਜ਼ਿਆਦਾ ਲੱਗੂ ਆਦੇ ਬਾਜ਼ ਕਰਦਾ ਚੱਲ ਠੀਕ ਆ ਇੱਦਾਂ ਹੀ ਲਿਆ ਫਿਰ ਬੈਕ ਆਈ ਕਿ ਅੱਗੋਂ ਲੈ ਕੇ ਆਣੀ ਆ ਕਿਉਂ ਆਪਾਂ ਕਟਾ ਦਾ ਲਿਆ ਹੁਣੀ ਉਹ ਟਾਕੀ ਖੁੱਲੀ ਹੋਈ ਛੱਡੀ ਫਿਰਦਾ ਲਓ ਜੀ ਤੇਲ ਪੈਣ ਲੱਗਾ ਪਹਿਲੀ ਯਾਰ ਗੱਡੀ 'ਚ ਅਤੇ ਡੈਮ ਜੀ ਰੱਥ ਲੈਣਾ ਫਿਰ ਤੁਸੀਂ ਠੀਕ ਆ ਅਤੇ ਉਹਦਾ ਵਲੋਗ ਨਹੀਂ ਉਹਦੀ ਆਪਾਂ ਸ਼ੋਰਟ ਮੂਵੀ ਬਣਾਉਣੀ ਭੈਣ ਚੋ ਰੱਥ ਦੀ ਠੀਕ ਆ ਅਤੇ ਚੈੱਕ ਕਰੋ ਮੜੇ ਆ ਇੱਧਰ ਦੀ ਫੋਲ ਦੀ ਦਿਖਾ ਦਿੰਦੇ ਹਾਂ ਭਾਈ ਉਹ ਕਰਦੇ ਮਾਈਨਸ ਫਾਈਵ ਚੈੱਕ ਕਰੋ ਭਾਈ ਅੰਦਰੋਂ ਤਾਂ ਨਹੀਂ ਆਈ